ਜੇ ਅੱਖਾਂ ਦੇ ਵਿੱਚ ਇਹ ਡਰਾਈਨੈਸ ਆਉਣੀ ਸ਼ੁਰੂ ਕਰ ਦੇ ਨਾ, ਤੇ ਜਿਹੜਾ ਮਿੱਠਾ ਤੇਲ ਆ ਸੈਸਮੀਨ ਆਇਲ, ਹਾਂਜੀ, ਉਹ ਜਿਵੇਂ ਤੁਸੀਂ ਪਾਈਆ ਹੀ ਲੈ ਲਓ, ਪਾਈਏ ਦੇ ਵਿੱਚ 10-10 ਗ੍ਰਾਮ ਕਾਲੀ ਮਿਰਚ, ਸੁੰਡ, ਜਵੈਣ, ਜੀਰਾ, ਹਿੰਗ, ਦਾਲਚੀਨੀ, ਵੱਡੀ ਇਲਾਚੀ, ਲੌਂਗ, ਜੈਫਲ, ਲਸਣ ਤੇ ਅਦਰਕ, ਇਹ ਪਾ ਕੇ ਇਹਨੂੰ, ਲਸਣ ਤੇ ਅਦਰਕ ਤਾਂ ਵਾਹਵਾ ਪਾ ਦਿਓ, ਦੂਜੀਆਂ ਚੀਜ਼ਾਂ 10-10 ਗ੍ਰਾਮ ਹੋਣ, ਕੁੱਟਣ ਦੀ ਨੀ ਲੋੜ, ਸਾਫ਼ ਤੇ ਵਿੱਚ ਸੁੱਟ ਦੇਣਾ, ਤੇ ਜਦੋਂ ਲਸਣ ਤੇ ਅਦਰਕ ਤੁਹਾਡਾ ਬਰਾਊਨ ਜਿਹਾ ਹੋ ਜਾਏ, ਫਿਰ ਉਹਨੂੰ ਕੋਨੇ ਨਾਲ ਕੋਣ ਕੇ ਤੂੰ ਉਹ ਇੱਕ ਇੱਕ ਡ੍ਰੌਪ ਅੱਖਾਂ ਚ ਪਾਓ, ਜਿਨ੍ਹਾਂ ਦਾ ਅੱਖਾਂ ਦੇ ਵਿੱਚ ਡਰਾਈਨੈਸ ਆ ਉਹ ਥੋੜਿਆਂ ਕੁ ਦਿਨਾਂ ਦੇ ਵਿੱਚ ਹਟ ਜਾਂਦੀ ਹੈ, ਪਰ ਉਹਦਾ ਇੱਕ ਕਾਰਨ ਜ਼ਰੂਰ ਬਣੇਗਾ, ਰਾਤ ਨੂੰ ਪਾਓਗੇ ਤੁਸੀਂ, ਸਾਰਿਆਂ ਨੂੰ ਨਹੀਂ ਕਈਆਂ ਨੂੰ ਅੱਖਾਂ ਦੇ ਵਿੱਚੋਂ ਫਿਰ ਪਾਣੀ ਚੱਲਦਾ ਵਗਦਾ, ਹਰ ਟਾਈਮ ਤੇ ਅੱਖ ਚੋਂ ਡ੍ਰੌਪ ਡ੍ਰੌਪ ਕਰਕੇ ਪਾਣੀ ਨਿਕਲੇਗਾ, ਜੇ ਇਹਦੀ ਨੌਬਤ ਹੋਵੇ ਤਾਂ ਅੱਖ ਦੇ ਵਿੱਚ ਠੰਡੇ ਪਾਣੀ ਦੇ ਜਾ ਕੇ ਛੱਟੇ ਮਾਰੋ, ਜਿਵੇਂ ਆਪਣੇ ਘਰਾਂ ਦੇ ਵਿੱਚ ਇੱਕ ਤਾਂ ਆਪਾਂ ਨੈਪਕਨ ਜਿਹੜਾ ਹੈ ਉਂਝਾ ਹੱਥ ਪੂੰਝੇ ਨੂੰ ਰੱਖਿਆ ਹੁੰਦਾ, ਇੱਕ ਸੋਫਟ ਨੈਪਕਨ ਜਿਹੜਾ ਆਪਾਂ ਛੋਟੇ ਬੱਚਿਆਂ ਦਾ ਕਰਕੇ ਰੱਖਣੇ ਆ, ਉਸ ਨੈਪਕਨ ਦੇ ਨਾਲ ਹੱਥ ਨੂੰ ਕੋਲੀ ਪੂੰਝੋ, ਜੇ ਤੁਹਾਨੂੰ ਉਹ ਜਿਹੜੇ ਅੱਖਾਂ ਦੇ ਵਿੱਚੋਂ ਡ੍ਰੌਪ ਜੇ ਪਾਣੀ ਦੇ ਨਿਕਲਣ ਉਹ ਵੀ ਠੀਕ ਹੋ ਜਾਏਗਾ, 2-4 ਦਿਨਾਂ ਦੇ ਵਿੱਚ ਕਾਕੇ 5 ਦਿਨਾਂ ਚ ਅੱਖਾਂ ਦੇ ਵਿੱਚ ਜਿਹੜੀ ਡਰਾਈਨੈਸ ਆਉਂਦੀ ਹੈ ਉਹ ਬਿਲਕੁਲ ਦੂਰ ਹੋ ਜਾਏ, ਡਰਾਈਨੈਸ ਨਹੀਂ ਆਏਗੀ, ਅੱਖਾਂ ਤੇ ਖੁਰਕਣੀ ਹੋਏਗੀ, ਜਦੋਂ ਕਈ ਬੀਬੀਆਂ ਕਹਿੰਦੀਆਂ ਨੇ ਅੱਖਾਂ ਦੀਆਂ ਝਿਮਣੀਆਂ ਦੇ ਵਾਲ ਉੱਖੜ ਲੱਗ ਪਏ ਨੇ, ਉਹ ਨੀ ਹੋਏਗੀ, ਅੱਖਾਂ ਦੇ ਵਿੱਚ ਸਿੱਕੜੀ ਜਿਹੜੀ ਬਣਦੀ ਏ ਤੇ ਕਰ ਬਣਦੀ ਏ ਪਰਵੱਟਿਆਂ ਦੇ ਵਿੱਚ ਉਹ ਨੀ ਬਣੇਗੀ, ਅੱਖਾਂ ਦੇ ਕਈਆਂ ਦੇ ਉੱਤੋਂ ਛੱਪੜ ਸੁੱਕ ਜਾਂਦੇ ਨੇ, ਚਮੜੀ ਸੁੱਕ ਜਾਂਦੀ ਏ, ਉੱਤੋਂ ਖੁਰਕਦੀਆਂ ਨੇ, ਉਹ ਨੀ ਹੋਏਗੀ, ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ।